ਹਾਂਜੀ ਪੈ ਗਏ ਕਿਹੜੇ ਚੱਕਰ 'ਚ, ਹੈ ਨਹੀਂ ਕੋਈ ਟੱਕਰ 'ਚ, ਮਾਤੂ ਸ਼੍ਰੀ ਦਸਤਾਰ ਨੇ ਪਾਦੇ ਵੱਡੇ ਵੱਡੇ ਪਟਾਕੇ ਬਾਜ਼ਾਰਾਂ 'ਚ ਵਿਕਣ ਵਾਲੇ 10-10 ਹਜ਼ਾਰ ਵਾਲੇ ਕੋਟਮੈਂਟ ਕਰਤੇ 2995 'ਚ, ਲੈਂਦੇ ਹੋ 15-15 ਹਜ਼ਾਰ, 16-16 ਹਜ਼ਾਰ, ਕਹਿੰਦੇ 37-60 'ਚ ਕਰਤੇ। ਮੁੰਡੇ ਸ਼ੌਕੀਨ ਗੱਭਰੂ ਆਏ ਹੋਏ ਆ ਕੋਟਮੈਂਟ ਬਣਾਉਣ ਵਾਸਤੇ, ਕਿਸੇ ਨੇ 2 ਪੀਸ ਬਣਾ 3 ਪੀਸ ਬਣਾ, ਮੈਚ ਕਰਕੇ 6507 ਹਜ਼ਾਰ 'ਚ ਸ਼ੇਰਵਾਨੀ ਤਿਆਰ ਕਰਕੇ ਦੇ ਦਿੰਦੀ ਹੈ। ਸ਼ੌਕ ਨਹੀਂ ਮਰਨ ਦੇਣੇ ਮੁੰਡੇ ਦੇ। 700 ਰੁਪਏ ਦਾ ਕੁੜਤਾ ਪਜਾਮਾ, 700 ਰੁਪਏ ਮੀਟਰ ਨਹੀਂ ਬਾਈ ਜੀ, 700 ਰੁਪਏ ਦਾ ਪੂਰਾ 3.5 ਮੀਟਰ ਕੁੜਤਾ ਪਜਾਮਾ, 3504 ਹਜ਼ਾਰ 'ਚ ਲੌਂਗ ਕੋਟ, ਵਧੀਆ ਪੂਲ ਦਾ, ਜਿੱਥੇ ਪਸੀਨਾ ਜਿੱਥੇ ਧੁੰਦ ਕੀ, ਮੈਂ ਕਹਿੰਦਾ ਬਰਫ਼ ਪੈ ਜੇ ਠੰਡ ਨਹੀਂ ਲੱਗਦੀ। ਪਲੇਨ 'ਚ ਲੈ ਜਾਓ, ਚੈੱਕ 'ਚ ਲੈ ਜਾਓ, ਲਾਈਨਿੰਗ ਲੈ ਜਾਓ, ਮਤਲਬ ਬਲੇਜ਼ਰਾਂ ਦੇ ਵਿੱਚ ਵੀ ਬਹੁਤ ਸਾਰੀਆਂ ਵਰਾਇਟੀਆਂ ਹੈਗੀਆਂ, ਪੱਗਾਂ ਦੇ ਵਿੱਚ ਵੀ ਬਹੁਤ ਸਾਰੀਆਂ ਵਰਾਇਟੀਆਂ। 90 ਦਿਨਾਂ ਦੀ ਗਰੰਟੀ ਬਿੱਲ 'ਤੇ ਲਿਖ ਕੇ ਦਿੰਦੇ ਹਾਂ, ਪੱਗ ਫੇਟ ਹੋ ਜੇ, ਡੱਬ ਪੈ ਜੇ, ਝਿਰਕੀ ਟੋਕ ਕਿਸੇ ਤਰੀਕੇ ਦੀ ਵੀ ਦਿੱਕਤ ਆ ਜੇ, ਪੱਗ ਮੋੜ ਕੇ ਨਵੀਂ ਲੈ ਜਾਓ, 37-27 ਪੱਗ ਵਾਪਸ ਲਵਾਂਗੇ, 37-27 ਦੇਵਾਂਗੇ। ਹਾਂਜੀ ਪੈ ਗਏ ਕਿਹੜੇ ਚੱਕਰ 'ਚ, ਹੈ ਨਹੀਂ ਕੋਈ ਟੱਕਰ 'ਚ, ਮਾਤੂ ਸ਼੍ਰੀ ਦਸਤਾਰ ਨੇ ਪਾਦੇ ਵੱਡੇ ਵੱਡੇ ਪਟਾਕੇ ਬਾਜ਼ਾਰਾਂ 'ਚ ਵਿਕਣ ਵਾਲੇ 10-10 ਹਜ਼ਾਰ ਵਾਲੇ ਕੋਟਮੈਂਟ ਕਰਤੇ 2995 'ਚ, 2995 'ਚ ਭਾਵੇਂ ਲੈ ਜਾਓ ਵੈਸਟਰਨ, ਚਾਹੇ ਤੁਸੀਂ ਲੇ ਸਟਾਈਲ ਲੈ ਜਾਓ, ਜਿਹੜੇ ਤੁਸੀਂ ਲੈਂਦੇ ਹੋ 15-15 ਹਜ਼ਾਰ, 16-16 ਹਜ਼ਾਰ, ਕਹਿੰਦੇ 37-60 'ਚ ਕਰਤੇ, ਕਹਿੰਦੇ ਟੱਕਰਾਂ ਟੁੱਕਰਾਂ ਲੈ ਕੇ ਬਹੁਤ ਹਟ ਗਏ, ਪਰ 2995 'ਚ ਨਹੀਂ ਦੇ ਹੋਇਆ। ਤੇ ਹੋਣਾ ਹੀ ਨਹੀਂ ਕਿਸੇ ਤੋਂ, ਕਿਉਂਕਿ ਮਾਤੂ ਸ਼੍ਰੀ ਦਾ ਕੱਪੜਾ ਆਪਦਾ, ਟੇਲਰ ਆਪਦੇ, ਸਟਿਚਿੰਗ ਏ ਕਲਾਸ, ਅਸੀਂ ਲੇਵੀਆਂ ਲਾ ਕੇ ਨਹੀਂ ਦਿੰਦੇ, ਦੇਸੀ ਮਟੀਰੀਅਲ ਲਾ ਕੇ ਨਹੀਂ ਦਿੰਦੇ, ਰੈਡੀਮੇਡ ਅਖਬਾਰ ਜੇ ਬਣਾ ਕੇ ਨਹੀਂ ਦਿੰਦੇ। 2995 'ਚ 2 ਪੀਸ, 37-60 'ਚ 3 ਪੀਸ, ਰੰਗ ਕਿੰਨੇ ਕਾ, ਰੰਗ ਕਿੰਨੇ ਆ, 1, 2, 3, 4, 5, 6 ਨਹੀਂ, ਆ 3 ਲੈਣਾ ਲੱਗੀਆਂ, ਇਹ ਵੀ 2995, ਪਰਲੀ ਲੈਣ ਉਹ ਵੀ 2995। ਮੁੰਡੇ ਸ਼ੌਕੀਨ ਗੱਭਰੂ ਆਏ ਹੋਏ ਆ ਕੋਟਮੈਂਟ ਬਣਾਉਣ ਵਾਸਤੇ, ਕਿਸੇ ਨੇ 2 ਪੀਸ ਬਣਾ 3 ਪੀਸ ਬਣਾ, ਮੈਚ ਕਰਕੇ ਆਪਦੇ ਪਸੰਦ ਦਾ ਕੱਪੜਾ। ਇਹਦੇ ਉੱਪਰਲੀ ਰੇਂਜ ਵੀ ਹੈ ਆਪਣੇ ਕੋਲ, ਹੈ ਜੀ ਹੈ, ਇਹਦੇ ਉੱਪਰਲੀ ਰੇਂਜ ਵੀ ਹੈ, ਆ ਜਿਹੜਾ ਬਜ਼ਾਰਾਂ 'ਚ 20-25 ਹਜ਼ਾਰ ਦਾ ਬਣਦਾ, ਇਹ ਵੀ 5-7 ਹਜ਼ਾਰ 'ਚ ਬਣਾ ਕੇ ਦੇ ਦਿੰਦੇ ਆ, ਚਾਹੇ ਚੈੱਕ ਕੋਟ ਪੈਂਟ, ਚਾਹੇ ਸੈਲਫ 'ਚ, ਲਾਈਨਿੰਗ 'ਚ, ਜਿੱਦਾਂ ਦੇ ਮਰਜ਼ੀ ਬਣਾ ਲਓ। ਇੱਥੇ ਪਹਿਲੀ ਗੱਲ ਇਹ ਕਹਿ ਦਿੰਦੇ ਆ, ਲੁੱਟ ਨਾ ਕਰਨੀ ਹੈ ਅਤੇ ਨਾ ਹੋਣ ਦੇਣੀ। ਬਾਜ਼ਾਰ ਦੇ ਵਿੱਚ ਜਦੋਂ ਹੋ ਜਾਂਦਾ ਮੁੰਡੇ ਦਾ ਵਾਰੀ ਆਉਂਦੀ ਵਿਆਹ ਦੀ, ਕਹਿੰਦੇ ਸ਼ੇਰਵਾਨੀ ਲੈਣ ਜਾਣੀ ਹੈ, 10,000-15,000 ਰੈਂਟ 'ਤੇ ਲੈਣ ਜਾਣੀ ਹੈ, ਅਤੇ ਮੁੰਡੇ ਡਰਦੇ ਹੋਏ ਕੋਟ ਪੈਂਟ ਲਾ ਕੇ ਵਿਲਾਵਾ ਫੇਰੇ ਲੈ ਲੈਂਦੇ ਸੀ, ਹੁਣ ਉਹ ਕੰਮ ਨਹੀਂ ਚੱਲਣਾ, 6507 ਹਜ਼ਾਰ 'ਚ ਸ਼ੇਰਵਾਨੀ ਤਿਆਰ ਕਰਕੇ ਦੇ ਦਿੰਦੀ ਹੈ। ਸ਼ੌਕ ਨਹੀਂ ਮਰਨ ਦੇਣੇ ਮੁੰਡੇ ਦੇ। ਧੁੰਦ ਬਹੁਤ ਪੈਂਦੀ ਆ, ਠੰਡ ਬਹੁਤ ਹੋ ਗਈ ਆ, ਲੌਂਗ ਕੋਟ ਦੀ ਵਾਰੀ ਆ ਗਈ, ਕੋਈ ਕਹਿੰਦਾ 17,000, ਕੋਈ ਕਹਿੰਦਾ 18,000 ਤੇ ਕੋਈ ਕਹਿੰਦਾ 20,000। ਉਹ ਕਹਿਣ ਵਾਲੇ ਤਾਂ ਬਹੁਤ ਕੁਛ ਕਹਿਣਗੇ, ਪਰ ਮਾਤੂ ਸ਼੍ਰੀ ਦਸਤਾਰ 'ਤੇ ਆ ਜਾਓ, 3504 ਹਜ਼ਾਰ 'ਚ ਲੌਂਗ ਕੋਟ, ਵਧੀਆ ਪੂਲ ਦਾ, ਜਿੱਥੇ ਪਸੀਨਾ ਜਿੱਥੇ ਧੁੰਦ ਕੀ, ਮੈਂ ਕਹਿੰਦਾ ਬਰਫ਼ ਪੈ ਜੇ ਠੰਡ ਨਹੀਂ ਲੱਗਦੀ। ਦੇਖੋ ਜੀ, ਕਹਿੰਦੇ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਜਦੇ, ਪੱਗਾਂ ਦੇ ਵਿੱਚ ਵੀ ਬਹੁਤ ਸਾਰੀਆਂ ਵਰਾਇਟੀਆਂ, ਤੁਸੀਂ ਇਹਦੇ ਵਿੱਚ 550 ਤੋਂ ਵੱਧ ਰੰਗ ਲੈ ਜਾਓ। ਅੱਛਾ ਲੈ ਤਾਂ ਜਾਓ ਬਾਈ ਜੀ, ਜੇ ਤੁਹਾਡਾ ਰੰਗ ਫੇਟ ਹੋ ਗਿਆ, ਡੱਬ ਪੈ ਗਿਆ, ਜ਼ਿੰਮੇਵਾਰ ਕੌਣ ਆ? ਜ਼ਿੰਮੇਵਾਰੀ ਇਕੱਲੀ ਬੋਲ ਕੇ ਨਹੀਂ ਦਿੰਦੇ, 90 ਦਿਨਾਂ ਦੀ ਗਰੰਟੀ ਬਿੱਲ 'ਤੇ ਲਿਖ ਕੇ ਦਿੰਦੇ ਆ, ਪੱਗ ਫੇਟ ਹੋ ਜੇ, ਡੱਬ ਪੈ ਜੇ, ਝਿਰਕੀ ਟੋਕ ਕਿਸੇ ਤਰੀਕੇ ਦੀ ਵੀ ਦਿੱਕਤ ਆ ਜੇ, ਪੱਗ ਮੋੜ ਕੇ ਨਵੀਂ ਲੈ ਜਾਓ, 37-27 ਪੱਗ ਵਾਪਸ ਲਵਾਂਗੇ, 37-27 ਦੇਵਾਂਗੇ। ਦੇਖੋ ਜੀ, ਕੋਈ ਕਹਿੰਦਾ 2500 ਤੋਂ ਕੁੜਤਾ ਪਜਾਮਾ ਸ਼ੁਰੂ ਹੁੰਦਾ, ਕੋਈ ਕਹਿੰਦਾ 3000 ਤੋਂ ਸ਼ੁਰੂ ਹੁੰਦਾ, ਪਰ ਮਾਤੂ ਸ਼੍ਰੀ ਦਸਤਾਰ ਨੇ ਇਹਦੇ ਵਿੱਚ ਵੀ ਕਰਤੇ ਬਹੁਤ ਵੱਡੇ ਵੱਡੇ ਫਾਇਦੇ। ਮੈਂ ਕਹਿੰਦਾ ਬਹੁਤ ਵੱਡੇ ਫਾਇਦੇ ਕਰਤੇ ਜੀ, 700 ਰੁਪਏ ਦਾ ਕੁੜਤਾ ਪਜਾਮਾ, 700 ਰੁਪਏ ਮੀਟਰ ਨਹੀਂ ਬਾਈ ਜੀ, 700 ਰੁਪਏ ਦਾ ਪੂਰਾ 3.5 ਮੀਟਰ ਕੁੜਤਾ ਪਜਾਮਾ, ਰੰਗ ਤੁਹਾਡੇ ਪਸੰਦ ਦਾ ਵਾਈਟ ਵੀ ਮਿਲ ਜੂਗਾ, ਇਹ ਜੇ ਤੁਸੀਂ ਲੈਣਾ ਇਹ ਤੋਂ ਬਾਅਦ 'ਚ ਉੱਪਰਲੀ ਵਰਾਇਟੀ ਬਹੁਤ ਆ, ਕੁੜਤਾ ਪਜਾਮਾ ਲੇਲਣ ਦਾ, ਗੀਜ਼ਾ ਕੋਟ ਦਾ, ਸਾਰੇ ਹੈਗੇ ਆ। ਆਹ ਚੈੱਕ ਕਰੋ ਜੀ ਗੂਗਲ ਦੇ ਵਿੱਚ,
ਪਿਓਰ ਵੂਲ ਦਾ ਬਲੇਜ਼ਰ ਪੜੇ ਲਿਖੇ ਅਫਸਰਾਂ ਲਈ ਪੜੇ ਪੜੇ ਰੰਗ ਤੇ ਪੜੇ ਪੜੇ ਕੱਪੜੇ ਲਿਆ ਕੇ ਰੱਖਦੇ ਆ। ਤੁਸੀਂ ਪਲੇਨ ਚ ਲੈ ਜਾਓ, ਚੈੱਕ ਚ ਲੈ ਜਾਓ, ਲਾਈਨਿੰਗ ਲੈ ਜਾਓ, ਮਤਲਬ ਬਲੇਜ਼ਰਾਂ ਦੇ ਵਿੱਚ ਵੀ ਬਹੁਤ ਸਾਰੀਆਂ ਵਰਾਇਟੀਆਂ ਹੈਗੀਆਂ। ਸ਼ੇਰਵਾਨੀਆਂ ਦੇ ਵਿੱਚ ਦੇਖੋ, ਰੰਗ ਚੈੱਕੋ, ਡਿਜ਼ਾਈਨ ਚੈੱਕ ਕਰ ਲਓ, ਸੋਹਣੀ ਸੋਹਣੀ ਪ੍ਰੀਮੀਅਮ ਕੁਆਲਿਟੀ ਵੀ ਤੁਹਾਨੂੰ ਇੱਥੋਂ ਮਿਲ ਜਾਂਦੀ ਹੈਗੀ ਆ। ਮਤਲਬ ਇੱਕੋ ਹੀ ਛੱਤ ਹੇਠਾਂ ਸਾਰੀ ਵਰਾਇਟੀ ਤੁਹਾਨੂੰ ਮਿਲ ਜਾਂਦੀ। ਬਾਈ ਜੀ ਟੇਲਰਿੰਗ ਦਾ ਵੀ ਦੱਸੋ ਨਾ ਕਿੱਦਾਂ? ਦੇਖੋ ਜੀ, ਟੇਲਰਿੰਗ ਦੀ ਸਾਡੀ ਕੁਆਲਿਟੀ ਸਭ ਤੋਂ ਬੈਸਟ ਆ, ਟੇਲਰ ਸਾਡੇ ਬਹੁਤ ਵਧੀਆ ਨੇ, ਤੁਹਾਨੂੰ ਚੰਗੀ ਤਰ੍ਹਾਂ ਸੈਟੀਸਫਾਈ ਕਰਕੇ ਦੇਣਗੇ। ਤੁਸੀਂ ਕੋਟ ਪੈਂਟ ਬਣਾਉਣਾ, ਸ਼ੇਰਵਾਨੀ ਬਣਾਉਣੀ ਹੈ, ਬਾਸਕਿਟਾਂ ਬਣਾਉਣੀਆਂ, ਕੁੜਤੇ ਪਜਾਮੇ ਬਣਾਉਣੇ ਆ। ਇੱਥੇ ਅੰਮ੍ਰਿਤਸਰ ਸਾਹਿਬ ਹਾਲ ਬਾਜ਼ਾਰ ਦੇ ਵਿੱਚ ਜਿੱਥੇ ਇੰਨੀ ਜ਼ਿਆਦਾ ਵੱਡੀ ਲੁੱਟ ਹੁੰਦੀ ਹੈ, ਸਭ ਤੋਂ ਵੱਡੀ ਲੁੱਟ ਹੁੰਦੀ ਹੈ NRI ਲੋਕਾਂ ਦੀ, ਅਸੀਂ ਮਾਤੂ ਸ਼੍ਰੀ ਦਸਤਾਰ ਨੇ ਉਹ ਤਾਂ ਲੁੱਟ ਜਮਾਂ ਬੰਦ ਕਰਤੀ ਹੈ। ਪੰਜਾਬ ਦੇ ਹਰ ਇੱਕ ਸ਼ਹਿਰ, ਹਰ ਇੱਕ ਕਸਬੇ ਦੇ ਜਿੱਥੇ ਹੁੰਦੀ ਲੁੱਟ, ਉੱਥੇ ਪਹੁੰਚ ਗਏ ਮਾਤੂ ਸ਼੍ਰੀ ਦਸਤਾਰ ਫਾਇਦੇ ਹੋਣੇ ਆ। ਭਾਜੀ ਟਾਈਆਂ ਦੀ ਪੈਕਿੰਗ ਤਾਂ ਬੜੀ ਜ਼ਿਆਦਾ ਸੋਹਣੀ ਆ, ਬਾਜ਼ਾਰ 'ਚ ਇੱਦਾਂ ਦੀ ਪੈਕਿੰਗ ਦੇ ਨਾਲ 2-2 ਹਜ਼ਾਰ ਰੁਪਏ ਤੋਂ ਟਾਈ ਸ਼ੁਰੂ ਹੁੰਦੀ ਆ। ਭਾਜੀ ਲੈਂਦੇ ਆ ਸੋਹਣੀ ਚੀਜ਼ ਦਿਖਾ ਕੇ, ਪੈਸੇ ਵੱਧ ਲੈਂਦੇ ਆ, ਪਰ ਮਾਤੂ ਸ਼੍ਰੀ ਦਸਤਾਰ ਤੇ ਸੋਹਣੀ ਚੀਜ਼ ਤੇ ਰੇਟ 599 ਉੱਤੇ ਲਿਖ ਕੇ ਲਾਤਾ, 450 ਰੁਪਏ ਤੋਂ ਸਾਡੇ ਕੋਲੇ ਟਾਈ ਸ਼ੁਰੂ ਆ। ਅੱਛਾ ਮੈਨੂੰ ਇਹ ਦੱਸੋ ਵੀ ਲਾਈਨਿੰਗ ਦਾ ਕੱਪੜਾ ਉਹਦੇ ਵਿੱਚ ਵੀ ਕਿੰਨੀ? ਦੇਖੋ ਜੀ ਲਾਈਨਿੰਗ, ਦੇਖੋ ਲਾਈਨਿੰਗ ਦਾ ਵੱਡਾ ਕੀ ਆ, ਤੁਸੀਂ 10-15 ਹਜ਼ਾਰ ਵਾਲਾ ਸੂਟ ਲੈ ਲੈਂਦੇ ਹੋ, ਲਾਈਨਿੰਗ ਤੁਸੀਂ ਦੇਸੀ ਜੇ ਬ੍ਰਾਂਡ ਦੀ ਲੈ ਲੈਂਦੇ ਹੋ, ਹੁਣ ਦੇਸੀ ਬ੍ਰਾਂਡ ਦੀ ਲਾਈਨਿੰਗ ਨਾ ਲਓ, ਮਾਤੂ ਸ਼੍ਰੀ ਦਸਤਾਰ ਦੀ ਲਓ, 40 ਰੁਪਏ ਮੀਟਰ ਤੋਂ ਲਾਈਨਿੰਗ ਸ਼ੁਰੂ ਹੈ, ਰੰਗ ਸਾਡੇ ਕੋਲ 500 ਤੋਂ ਵੱਧ ਹਾਜ਼ਰ ਹੈ। ਦਸਤਾਰਾਂ ਲੈ ਲਓ, ਸਾਡੇ ਕੋਲ ਕੋਟ ਪੈਂਟ, ਕੁੜਤੇ ਪਜਾਮੇ, ਬਲੇਜ਼ਰ, ਇੱਕ ਛੱਤ ਹੇਠਾਂ ਕੰਪਲੀਟ ਜੈਂਟਸ ਵੈਡਿੰਗ ਸਟੋਰ ਹੈ। ਚਲੋ ਜੀ, ਗੱਲ ਤਾਂ ਇਹਨਾਂ ਦੀ ਪੱਕੀ ਆ, ਪੈ ਗਿਆ ਕਿਹੜੇ ਚੱਕਰ 'ਚ, ਹੈ ਨਹੀਂ ਕੋਈ ਟੱਕਰ 'ਚ, ਹਾਲ ਬਾਜ਼ਾਰ ਸ਼੍ਰੀ ਅੰਮ੍ਰਿਤਸਰ ਸਾਹਿਬ ਆ ਜਾਓ, ਵੱਡੇ ਫਾਇਦੇ, ਵੱਡੀਆਂ ਔਫਰਾਂ ਥੋੜ੍ਹੇ ਦਿਨਾਂ ਲਈ। ਨੰਬਰ ਸਕਰੀਨ 'ਤੇ ਆ, ਐਡਰੈਸ ਸਕਰੀਨ 'ਤੇ ਆ, ਪਹੁੰਚੋ, ਫਾਇਦੇ ਕਰਾਂਗੇ। ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਕਰ ਸਾਂ, TV ਸ਼੍ਰੀ ਅੰਮ੍ਰਿਤਸਰ ਸਾਹਿਬ।